ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਹੋਣੀ ਸਾਡੇ ਨਾਲ ਨੇ। ਜੋੜਾਮਾਜਰਾ ਸਾਹਿਬ, ਸਦਨ ਦੇ ਅੰਦਰ ਰੌਲਾ ਰੱਪਾ, ਬਾਹਰ ਰੌਲਾ ਰੱਪਾ। ਵਿਰੋਧੀ ਧਿਰ ਕਹਿੰਦੀ ਹੈ ਕਿ ਸਾਨੂੰ ਭਾਈ ਸਮਾਂ ਨਹੀਂ ਦਿੰਦੇ। ਅੱਜ ਉਪ ਨੇਤਾ ਡਾਕਟਰ ਰਾਜ ਕੁਮਾਰ ਚੱਬੇਵਾਲ ਹੋਣੀ ਸੰਗਲੀ ਲੈ ਕੇ ਆ ਗਏ। ਦੇਖੋ ਜੀ, ਮੈਂ ਕਹਿੰਦਾ ਇੱਕ ਵੀ ਮੈਂਬਰ ਜੇ ਅੰਦਰੋਂ ਉੱਠ ਕੇ ਆ ਕੇ ਕਹਿ ਦੇ ਵੀ ਸਾਨੂੰ ਟਾਈਮ ਨਹੀਂ ਮਿਲਿਆ, ਇਹ ਸਹੀ ਨਹੀਂ ਹੈ, ਇਹ ਝੂਠ ਦਾ ਪਲੰਦਾ। ਸਪੀਕਰ ਸਾਹਿਬ ਨੇ ਇਕੱਲੇ ਇਕੱਲੇ ਨੂੰ ਠਾਲ ਠਾਲ ਕੇ ਕਿਹਾ ਕਿ ਸਮਾਂ ਲਓ ਜੀ, ਤੁਸੀਂ ਬੋਲੋ। ਔਰ ਸਪੈਸ਼ਲ ਕਿ ਆਪਦੀ ਗੱਲ ਰੱਖਣ ਤੋਂ ਬਾਅਦ 'ਚ ਜਿਹੜਾ ਘੱਟ ਸਮੇਂ 'ਚ ਗੱਲ ਨਿਬੇੜੂਗਾ ਉਹਨੂੰ 3 ਮਿੰਟ ਹੋਰ ਐਕਸਟਰਾ ਦਿੱਤੇ ਜਾਣਗੇ। ਸੋ ਇਦੋਂ ਵਧੀਆ ਸਪੀਕਰ ਮੈਨੂੰ ਲੱਗਦਾ ਅੱਜ ਤੱਕ ਮੈਂ ਕੋਈ ਵੀ ਇੱਦਾਂ ਦਾ ਸਪੀਕਰ ਨਹੀਂ ਦੇਖਿਆ ਜਿਹਨੇ ਬਿਨਾਂ ਪੱਖਪਾਤ ਤੋਂ, ਚਾਹੇ ਅਕਾਲੀ ਹੈ, ਚਾਹੇ ਕਾਂਗਰਸੀ ਹੈ, ਚਾਹੇ ਬੀਜੇਪੀ ਦਾ, ਚਾਹੇ BSP ਦਾ, ਚਾਹੇ ਆਮ ਆਦਮੀ ਪਾਰਟੀ ਦਾ, ਹਰ ਇੱਕ ਨੂੰ ਟਾਈਮ ਖੁੱਲ੍ਹਾ ਸਮਾਂ ਦਿੱਤਾ। ਸੋ ਹੁਣ ਵੀ ਜੇ ਹੁਣ ਵੀ ਤਾਂ ਸੈਸ਼ਨ ਚੱਲ ਰਿਹਾ, ਉਹ ਵਗ ਵੀ ਗਏ। ਚੱਬੇਵਾਲ ਸਾਹਿਬ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਵਾਲਾ ਕਹਿੰਦੇ ਤਾਲਾ ਤਾਂ ਕਹਿੰਦੇ ਉਹਨਾਂ ਨੇ ਸਾਨੂੰ ਵਿਖਾ ਵਿਖਾ ਕੇ ਰੱਖਿਆ, ਕਹਿੰਦੇ ਮੇਰੇ ਵਾਲੇ ਸੰਗਲ ਵਾਲੇ ਝਾਕੇ ਵੀ ਨਹੀਂ। ਦੇਖੋ ਮੈਂ ਇੱਕ ਗੱਲ ਕਹਿਣਾ, ਜਦੋਂ ਤਾਲੇ ਦੀ ਗੱਲ ਰਹੀ ਉਦਣ ਨਹੀਂ ਬਾਹਰ ਆਏ। ਜਦੋਂ ਤਾਲੇ ਦੀ ਕਹਾਣੀ ਮੁੱਕ ਗਈ ਉਦੋਂ ਮੁੜ ਕੇ ਕੋਈ ਅੰਦਰ ਰਹਿੰਦੇ ਹੀ ਨਹੀਂ ਹੈ ਇਹਨਾਂ ਦਾ। ਦੱਸੋ ਕੌਣ ਅੰਦਰ, ਕੋਈ ਵੀ ਨਹੀਂ ਹੈ ਅੰਦਰ। ਕਾਰਨ ਕੀ? ਕਾਰਨ ਇਹਨਾਂ ਦੀ ਹੋਛੀ ਰਾਜਨੀਤੀ ਆ। ਇਹ ਪਹਿਲਾਂ ਇਹਨਾਂ ਨੇ ਆਉਣਾ ਗੇਟ 'ਤੇ ਮੀਡੀਆ ਨੂੰ ਸੰਬੋਧਨ ਕਰਕੇ, ਇਹਨਾਂ ਨੇ ਆਉਣਾ ਅੰਦਰ 10 ਮਿੰਟ ਲਾ ਕੇ, ਫਿਰ ਬਾਹਰ ਆ ਕੇ ਮੀਡੀਆ ਨੂੰ ਸੰਬੋਧਨ ਕਰਕੇ ਆਪੋ ਆਪਦੇ ਘਰੀਂ ਜਾ ਕੇ ਸੌਂ ਜਾਂਦੇ ਨੇ ਵੀ ਬਸ ਹੁਣ ਕੱਲ੍ਹ ਨੂੰ ਚੱਲਾਂਗੇ। ਕਾਰਨ ਇਹਨਾਂ ਨੇ ਮੀਡੀਆ 'ਚ ਆਪਦੇ ਆਪ ਨੂੰ ਮੀਡੀਆ 'ਚ ਰੱਖ ਕੇ ਪੰਜਾਬ 'ਚ ਇਹ ਕਹਿਣਾ ਚਾਹੁੰਦੇ ਨੇ ਵੀ ਅਸੀਂ ਪੰਜਾਬ ਦੇ ਰੱਖੇ ਹਾਂ। ਜਿਨ੍ਹਾਂ ਨੇ ਪੰਜਾਬ ਨੋਚ ਨੋਚ ਕੇ ਖਾਧਾ, ਮੈਂ ਕਹਿੰਦਾ ਗਿਰਜਾ ਵੀ ਇਹਨਾਂ ਤੋਂ ਘੱਟ ਨੋਚ ਕੇ ਖਾਧਾ ਹੋਣਾ ਗਿਰਜਾ ਨੇ। ਇਹਨਾਂ ਨੇ ਤਾਂ ਪੰਜਾਬ ਐਂ ਖਾ ਲਿਆ ਜਿਵੇਂ ਛੱਡਣੀ ਕੁਛ ਨਹੀਂ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਸੀ ਕਿ ਬਾਜਵਾ ਸਾਹਿਬ ਤਾਂ ਕਹਿੰਦੇ ਕਿ ਸਾਡੇ 'ਤੇ ਕੈਮਰਾ ਨਹੀਂ ਆਉਂਦਾ, ਉਹ ਸਾਡੇ ਵਾਲੀ ਕੈਮਰਾ ਦੂਰ ਹੋ ਜਾਂਦਾ, ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਬਾਜਵਾ ਸਾਹਿਬ ਬੋਲ ਰਹੇ ਕੌਣ। ਉਹਦੇ ਬਾਜਬੂਜ ਤੋਂ ਮਾੜਾ ਮੋਟਾ ਸਿਆਣ ਲੈਂਦੇ ਆਉਂਦੇ, ਆਪਦੇ ਵਾਲੀ ਕੈਮਰਾ ਨੇੜੇ ਕਰ ਲੈਂਦੇ ਆ। ਨਹੀਂ ਦੇਖੋ, ਇੰਨੇ ਸੋਹਣੇ ਸੁਨੱਖੇ ਬਾਜਵਾ ਸਾਹਿਬ ਨੇ ਭੀੜੀ ਪਜਾਮੀ ਪਾ ਕੇ ਆਉਂਦੇ ਨੇ, ਉਹਨਾਂ ਦਾ ਤਾਂ ਹਰ ਟਾਈਮ ਰਹਿੰਦੇ ਹੀ ਆ, ਕੈਮਰਾ ਰਹਿੰਦੇ ਹੀ ਰਹਿੰਦਾ, ਉਹ ਤਾਂ ਆਉਣ ਸਾਰ ਕੈਮਰਾ ਉਹਨਾਂ ਨੂੰ ਫੋਕਸ ਕਰਦਾ। ਮੀਡੀਆ ਵਾਲੀ ਬਥੇਰਾ ਵੀ ਅੱਜ ਕਿਹੜੀ ਪਜਾਮੀ, ਕਿਹੜੀ ਸ਼ੌਲ ਲਈ ਹੈ, ਕੀ ਹੈ ਉਹਨਾਂ ਦਾ। ਮੈਂ ਕਿਹਾ ਇੱਦਾਂ ਆਉਂਦੇ ਨੇ, ਬਸ ਕਹਿਣੀ ਮੈਂ ਕਹਿ ਨਹੀਂ ਸਕਦਾ ਕਿ ਬਹੁਤ ਤਰੀਕੇ ਨਾਲ। ਮੈਂ ਕਿਹਾ ਪਤਾ ਨਹੀਂ ਕਿੰਨਾ ਕੁ ਪੈਸਾ ਖਰਚਾ ਹੋਇਆ ਉਹਨਾਂ ਨੇ ਕੱਪੜੇ ਲੱਤੇ 'ਤੇ, ਪਜਾਮੀਆਂ ਦੇ ਕਿੰਨੇ ਪੈਸੇ ਖਰਚੇ ਹੋਏ ਨੇ। ਉਹਨਾਂ ਦਾ ਮਤਲਬ ਉਹੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਸ ਮੀਡੀਆ ਤੋਂ ਇਹਨਾਂ ਗੱਲਾਂ ਕਰਕੇ। ਚੱਬੇਵਾਲ ਸਾਹਿਬ ਪਹਿਲਾਂ ਕਹਿੰਦੇ ਜੀ ਸਾਡੇ ਵੱਲ ਕਹਿੰਦੇ ਕਦੇ ਸਾਨੂੰ ਤਾਲਾ ਵਿਖਾਉਂਦੇ ਆ, ਕਦੇ ਆਉਂਦੇ ਨੂੰ ਸੰਗਲ ਲਾਉਣਾ ਪੈਣਾ, ਕਦੇ ਉਹਦੇ ਕਹਿੰਦੇ ਵੀ ਕਿਤੇ ਵੱਟੇ ਤਾਂ ਨਾ ਮਾਰਨ ਲੱਗ ਗਏ ਲੋਕਾਂ ਦੇ, ਉਹਦੇ ਸਾਨੂੰ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ। ਜਿਹੜੇ ਹਾਲਾਤ ਓਪੋਜੀਸ਼ਨ ਦੇ ਹੋਏ ਪਏ ਨੇ, ਮੈਨੂੰ ਲੱਗਦਾ ਅੱਜ ਸੈਸ਼ਨ ਤੋਂ ਬਾਅਦ ਵੱਟੇ ਮਾਰਨਗੇ ਮਾਰਨਗੇ। ਪਹਿਲਾਂ ਇਹ ਕੀ ਕਹਿੰਦੇ ਹੁੰਦੇ ਸੀ, ਸੈਸ਼ਨ ਛੋਟਾ ਕਰ ਦਿਓ, ਸੈਸ਼ਨ ਲੰਬਾ ਕਰੋ, ਸੈਸ਼ਨ ਲੰਬਾ ਕਰੋ। ਸੈਸ਼ਨ ਇੰਨਾ ਲੰਬਾ ਕਰਤਾ, ਆਪ ਥਿਆਉਂਦੇ ਨੇ ਅੰਦਰ ਟੋਲੇ ਹੋਏ, ਕਿਉਂਕਿ ਇੱਕ ਵੀ ਗੱਲ ਹੈ ਉਹਨਾਂ ਨੇ ਪੰਜਾਬ ਦੀ ਬੋਲਣ ਦੀ? ਦੱਸੋ ਕਿਹੜੇ ਫੀਲਡ 'ਚ ਕੰਮ ਨਹੀਂ ਕੀਤਾ ਮਾਨ ਸਾਹਿਬ ਨੇ? ਸਾਡੇ ਮੁੱਖ ਮੰਤਰੀ ਸਾਹਿਬ ਨੇ ਐਜੂਕੇਸ਼ਨ 'ਚ ਕੰਮ ਨਹੀਂ ਕੀਤਾ, ਹੈਲਥ 'ਚ ਕੰਮ ਨਹੀਂ ਕੀਤਾ, ਅੱਜ ਬਿਜਲੀ ਨਹੀਂ ਫ੍ਰੀ ਦਿੱਤੀ। ਅੱਜ ਦੇਖੋ ਤੁਸੀਂ ਕਿੰਨੇ ਨਾਲੇ ਖੋਲਤੇ, ਨਹਿਰਾਂ ਖੋਲਤੀਆਂ, ਰਜਵਾਹੇ ਖੋਲਤੇ, ਕਿੱਥੇ ਤੱਕ ਪਹੁੰਚਾਤਾ। ਤੁਸੀਂ ਜੜਮੇਦਰ ਕਹਿ ਰਹੇ ਹੋ ਕਿ ਵੀ ਇੰਨੇ ਕੰਮ ਕਰਤੇ, ਵਿਰੋਧੀ ਧਿਰ ਵਾਲੇ ਕਹਿੰਦੇ ਕਿ ਇਹਨਾਂ ਨੇ ਕੀਤਾ ਕੁਛ ਨਹੀਂ, ਉਹਨਾਂ ਦੇ ਲੋਕਾਂ ਨੇ ਇਹਨਾਂ ਦੇ ਰੋੜੇ ਮਾਰਨੇ, ਕਹਿੰਦੇ ਜਦੋਂ ਵੋਟਾਂ ਮੰਗਣਗੇ। ਦੇਖੋ ਸਾਨੂੰ ਜੋ ਮਰਜ਼ੀ ਪੰਜਾਬ ਦੇ ਲੋਕ ਕਹਿਣ, ਅਸੀਂ ਪੰਜਾਬ ਦੇ ਆਮ ਘਰਾਂ ਦੇ ਧੀ ਪੁੱਤਾਂ, ਸਾਡੀ ਇੱਕੋ ਹੀ ਆ, ਸਾਨੂੰ ਗਾਲਾਂ ਕੱਢਣ, ਸਾਨੂੰ ਜੋ ਮਰਜ਼ੀ ਕਰਨ, ਅਸੀਂ ਪੰਜਾਬ ਦੇ ਭਲੇ ਲਈ ਕੰਮ ਕਰਨਾ। ਅਸੀਂ ਇਹ ਨਹੀਂ ਹੈ ਕਿ ਅਸੀਂ ਕੋਈ ਆਪਦੇ ਵਾਸਤੇ ਕਰ ਰਹੇ ਹਾਂ। ਸਾਡਾ ਤਾਂ ਜਿਹੜਾ MLA ਮੰਤਰੀ ਸਾਡੇ ਪੰਚਾਂ ਸਰਪੰਚਾਂ ਵਾਂਗੂ ਫਾਈਲਾਂ ਚੱਕੀ ਫਿਰਦੇ ਨੇ ਵੀ ਬਸ ਹੁਣੇ ਕਰਾ ਲਈਏ ਸੰਗਲ ਦਾ, ਕੀ ਕਰੀਏ ਫਿਰ ਅੱਜ ਲਈ ਫਿਰਦੇ ਜਦੋਂ ਬਾਹਰ ਉਹਨਾਂ ਨੇ ਪੈਰ ਨੂੰ ਲਾ ਕੇ ਇੱਥੇ ਬੰਨ ਲੈਣਾ। ਇੱਕ ਹੋਰ ਮੁੱਦਾ ਬੜਾ ਜ਼ਰੂਰੀ ਤੁਹਾਡੇ ਸਾਥੀ ਨੇ ਚੁੱਕਿਆ ਕਿ ਕਹਿੰਦੇ ਅਫੀਮ ਅਤੇ ਪੋਸਟ ਦੀ ਖੇਤੀ ਹੋਣੀ ਚਾਹੀਦੀ ਹੈ, ਠੇਕੇ ਖੁੱਲ੍ਹਣੇ ਚਾਹੀਦੇ ਪੰਜਾਬ 'ਚ। ਦੇਖੋ
ਇਹ ਕੋਈ ਪਠਾਨ ਮਾਜਰਾ ਸਾਹਿਬ ਨੇ ਸਾਡੇ ਮੈਂਬਰ ਸਾਹਿਬ ਨੇ ਬੜੇ ਸਨਮਾਨਜਨਕ, ਉਹਨਾਂ ਨੇ ਕੋਈ ਆਪਦੇ ਵੱਲੋਂ ਗੱਲ ਨਹੀਂ ਚੁੱਕੀ ਹੈ। ਉਹ ਪੰਜਾਬ ਦੇ ਕਿਉਂਕਿ ਵਿਚਰਦੇ ਨੇ ਲੋਕਾਂ ਦੇ ਵਿੱਚ, ਲੋਕਾਂ ਦੀ ਆਵਾਜ਼ ਉਹਨਾਂ ਲਵੇ ਪਹੁੰਚੀ, ਤਾਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਚੁੱਕੀ ਹੈ ਕਿ ਜਦੋਂ ਸਾਡੇ ਗੁਆਂਢੀ ਸੂਬੇ ਨੇ ਰਾਜਸਥਾਨ ਹੈ, MP ਹੈ, ਉੱਥੇ ਜੇ ਪੋਸਤ ਦੀ ਖੇਤੀ ਹੋ ਸਕਦੀ ਤਾਂ ਪੰਜਾਬ 'ਚ ਕਿਉਂ ਨਹੀਂ ਹੋ ਸਕਦੀ? ਕਿਉਂਕਿ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਡੁੱਬਦੀ ਜਾ ਰਹੀ ਆ। ਜੇ ਕਿਤੇ ਪੰਜਾਬ ਦੇ ਵਿੱਚ ਪੋਸਤ ਦੀ ਖੇਤੀ ਹੋਊਗੀ ਉਹਦੇ ਨਾਲ ਕਿਸਾਨਾਂ ਨੂੰ ਵੀ ਜਿਹੜਾ ਫਾਈਨੈਂਸ਼ੀਅਲੀ ਤੌਰ 'ਤੇ ਉਹਨਾਂ ਨੂੰ ਬੂਮ ਮਿਲੂਗਾ, ਲਿਫਟ ਹੋਣਗੇ। ਸੋ ਇਸ ਕਰਕੇ ਸਾਡੇ MLA ਸਾਹਿਬ ਸਰਦਾਰ ਹਰਮੀਤ ਸਿੰਘ ਪਠਾਨਮਾਜਰ ਜੀ ਨੇ ਇਹ ਗੱਲ ਸਦਨ ਦੇ ਵਿੱਚ ਰੱਖੀ ਆ। ਔਰ ਮੈਨੂੰ ਲੱਗਦਾ ਹੈ ਇਹ ਹਮਾਇਤੀ ਨਹੀਂ, ਦੇਖੋ ਅਸੀਂ ਕੀ ਸਾਰਾ ਪੰਜਾਬ ਹੀ ਹਮਾਇਤੀ ਹੈ? ਜਿਹੜੇ ਬੰਦੇ ਜਿਨ੍ਹਾਂ ਦੇ ਪਰਿਵਾਰ ਦੇ ਜੀ ਕਿਸੇ ਕਾਰਨ ਕਰਕੇ ਕਿਸੇ ਸਿੰਥੈਟਿਕ ਨਸ਼ੇ 'ਤੇ ਲੱਗ ਗਏ, ਉਹ ਕਦੋਂ ਚਾਹੁੰਦੇ ਨੇ ਉਹਨਾਂ ਦਾ ਬੱਚਾ ਮਰੇ? ਤੁਸੀਂ ਸਿਹਤ ਮੰਤਰੀ ਵੀ ਰਹੇ ਹੋ, ਉਹਦੇ ਉਸ ਟਾਈਮ ਵੀ ਤੁਹਾਡੇ ਜ਼ਹਿਨ ਦੇ ਵਿੱਚ ਚੀਜ਼ਾਂ ਆਈਆਂ ਹੋਣਗੀਆਂ, ਸਮਝ ਆਈ ਹੋਏਗੀ ਗੱਲ, ਤਾਂ ਤੁਹਾਨੂੰ ਲੱਗਦਾ ਕਿ ਵਾਕਈ ਡਿਵਰਟ ਕੀਤਾ ਜਾ ਸਕਦਾ, ਸਿੰਥੈਟਿਕ ਨਸ਼ੇ ਤੋਂ ਬਚਾਇਆ ਜਾ ਸਕਦਾ ਅਗਰ ਇਸ ਨੂੰ ਲੀਗਲ ਕੀਤਾ ਜਾਵੇ? ਔਰ ਨਾਲ ਹੀ ਦੂਜੀ ਗੱਲ ਕਿ ਸਪੀਕਰ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਬੰਦ ਕਿਵੇਂ ਹੋਏ ਸੀ, ਕਿਉਂ ਹੋਏ ਸੀ, ਤੁਹਾਨੂੰ ਲੱਗਦਾ ਕਿ ਇਸ ਦੀ ਗਹਿਰਾਈ 'ਚ ਜਾਣ ਦੀ ਲੋੜ ਹੈ? ਦੇਖੋ ਸਾਡੇ ਮਾਨਯੋਗ MLA ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਬਾਜੀਗਰ ਸਾਹਿਬ, ਉਹਨਾਂ ਨੇ ਵੀ ਗੱਲ ਰੱਖੀ ਹੈ, ਕਿਉਂਕਿ ਸਾਡੇ ਨਹੀਂ, ਕਿਉਂਕਿ ਜਿਹੜੇ ਡਾਕਟਰ ਲਾਈਨ ਦੇ ਵਿੱਚ ਨੇ ਉਹਨਾਂ ਤੋਂ ਵੀ ਤਾਂ ਸੁਝਾਅ ਲੈਣ ਦੀ ਲੋੜ ਹੈ ਕਿ ਕਿਉਂਕਿ ਬਹੁਤ ਸਾਰੀ ਮੈਡੀਸਨ, ਜਿੱਥੇ ਮੇਰੀ ਸੋਚ ਹੈ, ਮੈਨੂੰ ਪਤਾ ਹੈ ਕਿ ਬਹੁਤ ਸਾਰੀ ਮੈਡੀਸਨ ਇਹੋ ਜਿਹੀ ਆ ਜਿਨ੍ਹਾਂ ਦੇ ਵਿੱਚ ਫੀਮ ਦਾ ਜਿਹੜਾ ਉਹ ਪਾਇਆ ਜਾਂਦਾ, ਕਿਉਂਕਿ ਸਾਡੇ ਗੁਆਂਢੀ ਜਿਹੜੇ ਸੂਬੇ ਨੇ ਉੱਥੋਂ ਸਰਕਾਰ ਚੁੱਕਦੀ ਆ ਫੀਮ, ਤਾਂ ਉਹ ਕਾਹਦੇ ਵਾਸਤੇ ਚੁੱਕਦੀ ਆ? ਉਹੀ ਤਾਂ ਹੈ ਨਹੀਂ ਵੀ ਸਾਰੀ ਫੀਮ ਆਪ ਖਾ ਜਾਂਦੇ ਨੇ, ਉਹ ਮੈਡੀਸਨ ਦੇ ਵਿੱਚ ਪੈਂਦੀ ਆ। ਸੋ ਇਸੇ ਕਰਕੇ ਜੇ ਉੱਥੇ ਹੋ ਸਕਦੇ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦਾ? ਤਾਂ ਚੇਤਨ ਸਿੰਘ ਜੋੜਾ ਮਾਜਰਾ ਹੋਣੀ, ਸਾਫ਼ ਤੌਰ 'ਤੇ ਦੇਖੋ ਵਿਰੋਧੀਆਂ ਦੇ ਤਾਂ ਹਮਲਾਵਰ ਨਜ਼ਰ ਆਏ, ਪਰ ਦੂਜੇ ਪਾਸੇ ਆਪਣੇ ਸਾਥੀ ਹਰਮੀਤ ਸਿੰਘ ਪਠਾਨ ਮਾਜਰਾ ਦੇ ਅਫੀਮ ਅਤੇ ਪੋਸਤ ਦੀ ਖੇਤੀ ਵਾਲੇ ਮਸਲੇ 'ਤੇ ਜ਼ਰੂਰ ਹਮਾਇਤ ਕਰਦੇ ਨਜ਼ਰ ਆਏ ਕਿ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੇ ਨੇ ਕਿ ਸਿੰਥੈਟਿਕ ਨਸ਼ੇ ਤੋਂ ਬਚਾਉਣਾ, ਤਾਂ ਇਸ ਦੇ ਲਈ ਅਫੀਮ ਅਤੇ ਪੋਸਤ ਆ ਜਿਹੜਾ ਉਸਨੂੰ ਲਾਜ਼ਮੀ ਕੀਤਾ ਜਾ ਸਕਦਾ ਜਾਂ ਸ਼ੁਰੂ ਕੀਤਾ ਜਾ ਸਕਦਾ, ਇਸ 'ਤੇ ਚਰਚਾ ਦੀ ਲੋੜ ਹੈ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਰਪਿੰਦਰ ਸਿੰਘ ਬਰਾੜ, ਨਿਊਜ਼ 18, ਚੰਡੀਗੜ੍ਹ।